ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪਸੋ ਤੁਸੀਂ ਸਾਰਿਆਂ ਨੇ ਵਧੀਆ ਹੋਊਗੇ ਅਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਵੀਰਪਾਲ ਕੌਰ 18 'ਤੇ। ਟਾਈਮ ਹੋ ਗਿਆ 7:30 ਦਾ ਹੋ ਗਿਆ, ਮੈਂ ਕਿਹਾ ਪਹਿਲਾਂ ਵਲੋਗ ਦੀ ਸਟਾਰਟਿੰਗ ਕਰ ਲਈ ਫਿਰ ਕੰਮ ਕਾਰ ਜਿਹੜੇ ਸ਼ੁਰੂ ਕਰਾਂਗੇ। ਅਤੇ ਉੱਧਰ ਤਾਜਵਾਦ ਨੂੰ ਸਵਾ ਕੇ ਆਂਟੀ ਆ ਗਈ, ਕਹਿੰਦੀ ਤਾਜਵਾਦ ਵਾਲੀ ਸੁਨੇਹਾਂ ਦੀ ਉੱਠੀ ਵੀ ਸੀਗੀ ਅੱਜ, ਅਤੇ ਭਾਬੀ ਸਵਾ ਕੱਢੀ ਜਾਂਦੀ, ਮੰਮੀ ਉਹ ਪਾਈ ਜਾਂਦੀ ਹੈ ਕੀ ਜਾਂਦੇ ਉਹਨੂੰ ਸਰਫ ਪਾਈ ਜਾਂਦੀ ਹੈ। ਅਤੇ ਤੁਹਾਨੂੰ ਮੈਂ ਅੱਜ ਕੀ ਚੀਜ਼ ਦਿਖਾਉਣੀ ਸੀ, ਮੈਂ ਤੁਹਾਨੂੰ ਦਿਖਾਉਣਾ ਸੀ ਵੀ ਜਿਹੜੀਆਂ ਆਪਾਂ ਮੂਲੀਆਂ ਲਾਂਗਾਂ ਸੀਗੀਆਂ ਨਾ ਉਹ ਨਿਕਲ ਆਈਆਂ ਹੁਣ, ਅਤੇ ਮੈਂ ਤੁਹਾਨੂੰ ਦਿਖਾਉਣੀਆਂ ਉਹ। ਇੱਧਰ ਤਾਂ ਜਿਵੇਂ ਆਪਾਂ ਲਾਂਗਾਂ ਸੀ ਪਰਸੋਂ ਲਾਂਗਾਂ ਸੀ ਕਿ ਚੌਥੇ ਲਾਂਗਾਂ ਸੀ, ਇੱਧਰ ਤਾਂ ਅਜੇ ਥੋੜ੍ਹੀਆਂ ਨਿਕਲੀਆਂ, ਬਟ ਜਿਹੜੀਆਂ ਇੱਧਰ ਮੂਲੀਆਂ ਲਾਂਗਾਂ ਸੀਗੀਆਂ ਆਪਾਂ ਉਹ ਨਿਕਲੀਆਂ, ਤੁਹਾਨੂੰ ਉਹ ਦਿਖਾਉਣਾ ਨਹੀਂ ਬਾ ਇੰਨਾ ਜਾਈ ਜਾਂਦਾ ਸਕੂਲਾਂ ਵਾਲੀਆਂ। ਆਹ ਦੇਖੋ ਦੇਖਦੇ ਤੁਹਾਨੂੰ ਮੂਲੀਆਂ, ਇਹ ਤਾਂ ਦਿਸ ਜਾਂਦੇ ਹੁਣ ਉੱਪਰ ਉੱਪਰ ਬਰੀਕ 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 ਬਰੀਕ, ਇਹ ਹਰ ਚੋ ਇੱਧਰ ਦੀ ਦਿਖਾਉਣੀ ਤੁਹਾਨੂੰ, ਇਹ ਆਹ ਸੀ ਇੱਧਰ ਸੀਗਾ, ਮੇਰਾ ਪਤਾ ਨਹੀਂ ਧਨੀਆ ਪਤਾ ਨਹੀਂ ਮੇਥੇ ਆ, ਇੰਨਾ ਨਹੀਂ ਮੈਨੂੰ ਪਤਾ, ਮੈਂ ਤਾਂ ਮੇਥੇ ਲੱਗਦੇ ਸ਼ਾਇਦ, ਆਹ ਮੇਥੇ ਸੀਗੇ ਵੀ ਜੇ ਮੇਥੇ ਵੀ ਉਗਰੇ। ਚਲੋ ਜਦੋਂ ਦੇ ਆਪਾਂ ਮੂਲੀਆਂ ਲਾਈਆਂ ਉਦੋਂ ਦਾ ਨਾ ਮੀਂਹ ਵੀ ਨਹੀਂ ਆਇਆ, ਅਤੇ ਵਧੀਆ ਉਹ ਜਿਹੜੀਆਂ ਮੂਲੀਆਂ ਆਪਣੀਆਂ ਉੱਗ ਰਹੀਆਂ, ਅਤੇ ਇੱਧਰ ਵੀ ਥੋੜ੍ਹੀਆਂ ਥੋੜ੍ਹੀਆਂ ਉੱਗਰੀਆਂ ਆਉਂਦੀਆਂ, ਅਤੇ ਬਸ 2-3 ਦਿਨਾਂ ਦਾ ਤਾਂ ਜਮ੍ਹਾਂ ਪੂਰੀਆਂ ਹਰੇ ਹਰੇ ਜਿਹੜੇ। ਆਹ ਦੇਖੋ ਤੁਹਾਨੂੰ ਦੀਦੇ ਹੀ ਹੋਣਾ ਹੁਣ ਵਲੋਗ 'ਚ, ਦੇਖੋ ਜਿਹੜੀ ਹਰੀ ਹਰੀ ਭੈਣ ਉਹ ਮਾਰਨ ਲੱਗ ਜੂਗੀ। ਅਤੇ ਉੱਧਰ ਡੈਡੀ ਵਰਗਿਆਂ ਨੇ ਮੇਥੇ ਅਤੇ ਪਾਲਕ ਪੁਲਕ ਬੀਜਤੀ, ਅਤੇ ਇੱਧਰ ਵੀ ਆਪਾਂ ਮੂਲੀਆਂ ਹੀ ਲਾਉਣੀਆਂ, ਬਸ ਇਹਦਾ ਬਾਣ ਹੁਣ ਬਣਾ ਦੇਣਗੇ 1-2 ਦਿਨਾਂ ਤਾਈਂ। ਵੈਸੇ ਤਾਂ ਕੱਲ੍ਹ ਦਿਲ ਕੁਛ ਕਹਿੰਦਾ ਸੀਗਾ ਵੀ ਆਪਾਂ ਬਾਣ ਬਣਾਉਣਾ ਵੀ ਆਪਾਂ ਨਹੀਂ ਰਹਿਣਾ, ਪਰ ਫਿਰ ਵੀ ਅਸੀਂ ਧੱਕੇ ਨਾਲ ਲੈ ਗਈਆਂ ਸੀ, ਅਤੇ ਕੱਲ੍ਹ ਵਾਲਾ ਦਿਨ ਇੰਨਾ ਵਧੀਆ ਰਿਹਾ, ਬੱਚਿਆਂ ਨੇ ਇੰਨਾ ਇੰਜੋਇਮੈਂਟ ਕੀਤਾ, ਅਤੇ ਉਸ ਤੋਂ ਬਾਅਦ ਸ਼ਾਮ ਨੂੰ ਆ ਕੇ ਆਪਾਂ ਦੇਖੀ ਮੂਵੀ। ਮੂਵੀ ਬਹੁਤ ਜ਼ਿਆਦਾ ਸੋਹਣੀ ਸੀਗੀ, ਮੈਨੂੰ ਲੱਗਦਾ 9-9:30 ਵਜੇ ਆਪਾਂ ਘਰ ਆਏ ਸੀਗੇ, ਘਰ ਆ ਕੇ ਰੋਟੀ ਪਾਣੀ ਖਾ ਕੇ ਫਿਰ ਆਪਾਂ ਪੈ ਗਏ, ਵਲੋਗ ਅੱਗੇ ਕੰਟੀਨਿਊ ਹੀ ਨਹੀਂ ਸੀ ਕੀਤਾ, ਤਾਂ ਕਰਕੇ ਵੀ ਜਿਹੜੀ ਮੂਵੀ ਸੀ ਬਹੁਤ ਜ਼ਿਆਦਾ ਸੋਹਣੀ ਸੀ, ਅਤੇ ਇੰਨੀ ਇਮੋਸ਼ਨਲ ਮੂਵੀ ਆ, ਤੁਸੀਂ ਜਾ ਕੇ ਜ਼ਰੂਰ ਦੇਖਿਓ ਸਿਨੇਮਾ 'ਚ। ਅਤੇ ਜਿਹੜੀ ਆਪਾਂ ਪਹਿਲਾਂ ਦੇਖੀ ਸੀ ਬੀਬੀ ਰਜਨੀ ਉਹ ਵੀ ਬਹੁਤ ਸੋਹਣੀ ਆ, ਅਤੇ ਅਰਦਾਸ ਵੀ ਬਹੁਤ ਸੋਹਣੀ ਆ। ਜੇ ਦੇਖਿਆ ਜਾਵੇ ਤਾਂ ਇੰਟਰਵਲ ਤੋਂ ਪਹਿਲਾਂ ਤਾਂ ਨਹੀਂ ਇੰਨੀ ਜ਼ਿਆਦਾ ਉਹ, ਬਟ ਇੰਟਰਵਲ ਤੋਂ ਬਾਅਦ ਬਹੁਤ ਜ਼ਿਆਦਾ ਸੋਹਣੀ ਮੂਵੀ ਆ, ਇਮੋਸ਼ਨਲ ਆ ਪੂਰੀ। ਅਤੇ ਜਿਹਨਾਂ ਜਿਹਨਾਂ ਨੇ ਹਜੇ ਤੱਕ ਨਹੀਂ ਦੇਖੀ ਤੁਸੀਂ ਜਾ ਕੇ ਦੇਖਿਓ। ਜੇ ਮੈਂ ਸਟੋਰੀ ਪਾਈ ਸੀ ਨਾ, ਉੱਥੇ ਕਾਹਤੋਂ ਬੱਸਾਂ ਖੜ੍ਹੀਆਂ, ਜਦੋਂ ਇੱਥੇ ਸੜਕਾਂ 'ਤੇ ਬੱਸਾਂ ਖੜ੍ਹਦੀਆਂ ਉਦੋਂ ਐਂ ਲੱਗਣ ਲੱਗ ਜਾਂਦੇ ਪੀਕ, ਪਤਾ ਨਹੀਂ ਕੀ ਚੱਕਰ ਪੈ ਗਿਆ। ਆਂਟੀ ਦੇਖੀ 2 ਬੱਸਾਂ ਖੜ੍ਹੀਆਂ ਉੱਧਰ, ਉਹ 2 ਬੱਸਾਂ ਕਾਹਤੋਂ ਖੜ੍ਹੀਆਂ ਉੱਥੇ, ਉਹ ਦੇਖੋ ਉਹ ਦੇਖੋ ਉਹ ਸੀ ਕਾਹਦੇ ਵਾਲੇ, ਅੱਛਾ ਮੈਂ ਕਿਹਾ ਜਦੋਂ ਇੱਥੇ ਬੱਸਾਂ ਬੁੱਸਾਂ ਖੜ੍ਹ ਜਾਂਦੀਆਂ ਤਾਂ ਚਿੰਤਾ ਹੀ ਪੈ ਜਾਂਦੀ, ਕਿਉਂਕਿ ਯਾਰ ਰੋਡ 'ਤੇ ਇੰਨੇ ਐਕਸੀਡੈਂਟ ਹੁੰਦੇ ਆ। ਚੱਲ ਉਹੀ ਹੁਣ ਡੈਡੀ ਹਰ ਕਿੱਥੇ, ਕਿੱਥੇ ਮਰੀ ਜਾਂਦਾ ਰੋਟ ਬੈਠ ਮਾਰਾਟੇ ਆਈ ਨਹੀਂ ਉੱਥੇ ਕੋਈ, ਪਸ਼ੂ ਵੀ ਆ ਸਕਦਾ ਮੂਹਰੇ। ਚੱਲ ਆਏ ਤੋਂ ਪਤਾ ਲੱਗੂ ਦਿਲ ਕੋਈ ਜੇ ਤੋਂ, ਹੁਣ ਆਪਾਂ ਕਰਦੇ ਆ ਕੰਮ ਕਰ, ਦਿਲ ਕੋਈ ਤਾਂ ਉਹ ਫਿਰਦਾ ਘਰੇ, ਉਹ ਬੱਸਾਂ ਕਾਹਤੋਂ ਖੜੀਆਂ ਉਹ ਸੀ
ਚਲੋ ਹੁਣ ਆਪਾਂ ਕਰਦੇ ਹਾਂ ਕੰਮ ਕਾਰ ਤੁਰਪੀਆਂ ਤੁਰਪੀਆਂ ਜਾਂ ਤਾਂ ਕਿਸੇ ਦੀ ਵੇਟ ਵੂਟ ਕਰਦੇ ਸੀ ਜਾਂ ਫਿਰ ਕੋਈ ਚੱਕਰ ਪੈ ਗਿਆ ਹੈਂ ਟੂਰ ਵਾਲੀਆਂ ਹੀ ਆ ਹਾਂ ਬਰਾੜ ਬੱਸਾਂ ਹਾਂ ਉਹ ਝੰਡੇ ਲੱਗੇ ਹੋਏ ਮੂਹਰੇ ਕਿਤੇ ਲੱਗੇ ਚੱਲੇ ਹੀ ਆ ਕਿਤੇ ਮੂਲੀਆਂ ਮੈਂ ਕਿਹਾ ਜਿਹੜੀਆਂ ਪਰਸ ਉੱਥੇ ਲੰਘ ਵੀ ਉੱਗਰੇ ਆ ਚੱਲ ਚੰਗਾ ਹੋ ਗਿਆ ਮੀਂਹ ਨਹੀਂ ਆਇਆ ਉਹ ਪਰਲੇ ਪਾਸੇ ਵਾਲੀਆਂ ਸਾਰੀਆਂ ਨਿਕਲੇਗਾ ਆਹ ਵੀ ਅੱਧੀਆਂ ਅੱਧੀਆਂ ਨਿਕਲੇਗਾ ਸਾਗ ਵੀ ਹਰਾ ਹੋ ਗਿਆ ਚਲੋ ਵਧੀਆ ਇੱਥੇ ਹੁਣ ਆਪਣੇ ਹਰਿਆਲੀ ਹਰਿਆਲੀ ਹੋ ਜੂਗੀ ਕਿਉਂਕਿ ਜੋ ਸਬਜ਼ੀਆਂ ਉੱਗਰੇਗਾ ਤੁਹਾਨੂੰ ਪਤਾ ਵੀ ਹਰਾ ਹਰਾ ਹੋ ਜੂਗਾ ਵਧੀਆ ਨਹੀਂ ਆਹ ਬਾਣ ਆਪਣਾ ਖਾਲੀ ਪਿਆ ਸੀਗਾ ਕਦੋਂ ਦਾ ਨਹੀਂ ਤੇ ਲਓ ਬਈ ਹੁਣ ਆਪਾਂ ਚੱਲਦੇ ਹਾਂ ਅੰਦਰ ਤੇ ਕੰਮ ਦੇ ਕੰਮ ਕਰ ਜਿਹੜੇ ਉਹ ਕਰਦੇ ਹਾਂ ਤੁਹਾਨੂੰ ਪਤਾ ਵੀ ਅੱਗੇ ਧੁੱਪ ਨਿਕਲੀ ਆਉਂਦੀ ਹੈ ਧੁੱਪ ਜਿਹਦਾ ਕੰਮ ਕਰਨ ਜੀ ਨਹੀਂ ਕਰਦਾ ਚੱਲ ਅੱਜ ਤਾਂ ਤਾਂ ਹੀ ਤੁਹਾਨੂੰ ਆਧਾਰ ਕਾਰਡ ਬਣਾ ਕੇ ਲਿਆਉਣਾ ਬਈ ਗੱਲਾਂ ਤਾਂ ਵੱਡੀਆਂ ਹੀ ਹੋ ਰਹੀਆਂ ਅੱਜ ਤਾਂ ਕਾਰ ਵੀ ਵਿਚਾਰੀ ਰੇਤਾ ਕਿੰਨਾ ਕਿੰਨਾ ਪਿਆ ਲੜੀ ਜਾਂਦਾ ਇਹਨਾਂ ਕਿ ਤੂੰ ਧੋਗੇ ਲੈ ਕੇ ਜਾਂਦਾ ਮੈਨੂੰ ਪਤਾ ਸੀਗਾ ਜਾਣਾ ਕਿੱਥੇ ਆ ਆ ਕਿਹਨੇ ਲਾਤੀ ਡੈਡੀ ਨੇ ਜਿੱਦਣ ਗੱਡੀ ਆਈ ਆ ਉਦੋਂ ਦੂਜੇ ਦਿਨ ਹੀ ਲਾਤੀ ਸੀ ਆ ਥੋੜ੍ਹੀ ਨੰਬਰ ਪਲੇਟ ਤਾਂ ਉਹ ਹੋਈ ਵੀ ਸੀਗੀ ਜਿੱਦਣ ਲਿਆਂਦੀ ਸੀ ਉਦੋਂ ਦੀ ਹੋਈ ਵੀ ਸੀਗੀ ਲੌਕ ਟੁੱਟਿਆ ਹੋਇਆ ਸੀਗਾ ਡੈਡੀ ਨੇ ਉਦੋਂ ਫਾਈਵ ਸਟਿੱਕ ਲਿਆ ਕੇ ਲਾਤੀ ਚਲੋ ਬਈ ਨਵੇਂ ਕੱਪੜੇ ਵੀ ਜਿੱਦਣ ਨਵੇਂ ਕੱਪੜੇ ਹੁੰਦੇ ਉਦੋਂ ਮੈਨੂੰ ਮੌਤ ਹੀ ਪੈਂਦੇ ਕਿਉਂਕਿ ਅੱਡ ਵੱਡ ਧੋਣੇ ਪੈਂਦੇ ਨਹੀਂ ਤਾਂ ਮਸ਼ੀਨ 'ਚ ਕੱਢ ਦਿੰਦੇ ਆਪਾਂ ਅਤੇ ਮੰਮੀ ਨੇ ਮੈਨੂੰ ਸਰਫ ਦੇ ਪੈਕਟ ਜਿਹੜੇ ਆਪਾਂ ਨੂੰ ਪਾਤੇ ਅਤੇ ਲਓ ਬਈ ਹੁਣ ਕੱਲ੍ਹ ਆਪਾਂ ਭੂਆ ਕੋਲ ਲੈ ਕੇ ਆਏ ਸੀ ਗੱਟੇ ਵੀ ਲੈ ਕੇ ਆਏ ਸੀਗੇ ਮੈਂ ਤਾਂ ਆ ਵੀ ਤੁਹਾਨੂੰ ਉੱਠ ਖੜੀ ਸ਼ਾਇਦ ਹੈਨਾ ਸੁੱਤੀ ਨਹੀਂ ਮੈਂ ਕਿਹਾ ਤਾਜੂ ਸਾਡਾ ਸੌਂ ਗਿਆ ਆਂਟੀ ਨੇ ਸਵਾ ਤਾ ਸੁਨੇਹਾ ਦਾ ਉੱਠਿਆ ਹੋਇਆ ਸੀ ਅਤੇ ਮੈਨੂੰ ਕੀ ਪਤਾ ਵੀ ਸਾਡਾ ਤਾਜੂ ਤਾਂ ਉੱਥੇ ਚੀਕਾਂ ਮਾਰੀ ਜਾਂਦਾ ਓ ਤਾਜੂ ਚੀਕਾਂ ਮਾਰੀ ਜਾਂਦਾ ਚੀਕਾਂ ਮਾਰੀ ਜਾਂਦਾ ਸ਼ਰਟ ਨਹੀਂ ਖਿੱਚਣੀ ਬਹੁਤ ਸੋਹਣੀ ਲਓ ਬਈ ਟਾਈਮ ਹੋ ਗਿਆ 10 ਵੱਜ ਗਏ ਅਤੇ ਅੱਜ ਟਾਈਮ ਨਾਲ ਹੀ ਆਪਣਾ ਕੰਮ ਨਿਬੜ ਗਿਆ ਮੰਮੀ ਹੋਰਾਂ ਵੀ ਇੱਧਰੋਂ ਚੌਂਤਰੇ ਚ ਹੋਊਗਾ ਵੇਲੀਆਂ ਅਤੇ ਇੱਥੇ ਪਤਾ ਨਹੀਂ ਕੀ ਰਿਜ ਨੂੰ ਧਰਿਆ ਹੋਇਆ ਛੋਲੇ ਧਰੇ ਵੇ ਆ ਮੇਰੇ ਹਿਸਾਬ ਨਾਲ ਗਾਂ ਜਾਂ ਮੱਝ ਵਾਸਤੇ ਧਰੇ ਹੋਣਗੇ ਪਤਾ ਨਹੀਂ ਹੁਣ ਕਾਹਦੇ ਵਾਸਤੇ ਧਰੇ ਆ ਉਹ ਆਂਟੀ ਆਉਂਦੀ ਤਾਂ ਆਪਾਂ ਪੁੱਛਦੇ ਆ ਇੱਧਰ ਆਪਣੀ ਤਾਜ ਵਤਨ ਸੁੱਤੀ ਪਈ ਹੈ ਅਤੇ ਮੰਮੀ ਹੋਰਾਂ ਕਹਿੰਦੇ ਤੂੰ ਤਾਜ ਵਤਨ ਦੀ ਰਾਖੀ ਰੱਖ ਤਾਂ ਕਰਕੇ ਮੈਂ ਤਾਜ ਵਤਨ ਦੇ ਕੋਲ ਬਹਿੰਦੀ ਹਾਂ ਤੜਕੇ ਸੁਨੇਹਾ ਦੀ ਇਹ ਸੁੱਤੀ ਵੀ ਸੀ ਆ ਉੱਠੀ ਵੀ ਸੀਗੀ ਅਤੇ ਸੁੱਤੀ ਨਹੀਂ ਫਿਰ ਇਹਨੂੰ ਦੁੱਧ ਵੀ ਪਿਆ ਫਿਰ ਵੀ ਖੇਡੀ ਗਈ ਫਿਰ ਦਿਲਕੁਸ਼ ਕੋਲ ਵੀਰ ਜੇ ਗਈ ਜਦੋਂ ਆਂਟੀ ਨੇ ਥੋੜ੍ਹੇ ਝੂਟੇ ਦਿੱਤੇ ਅਤੇ ਉਹਦੀ ਸੌਂ ਗਈ ਅਤੇ ਹੁਣ ਇਹ ਮੇਰੇ ਹਿਸਾਬ ਨਾਲ ਘੰਟਾ ਦੋ ਘੰਟੇ ਉੱਠਦੀ ਨਹੀਂ ਉਹਨਾਂ ਟਾਈਮ ਇਹਦੀ ਆਪਾਂ ਰੱਖੀਏ ਰਾਖੀ ਤਾਜ ਵਤਨ ਸਾਡਾ ਗੁੱਗੂ ਪੋਤਾ ਹੈ ਤਾਂ ਹਾਂਜੀ ਅਤੇ ਟਾਈਮ ਹੋ ਗਿਆ 5 ਵੱਜ ਗਏ ਅਤੇ 50 ਮਿੰਟ ਅਤੇ ਆਹ ਡੀਜੇ ਪਤਾ ਨਹੀਂ ਕਿੱਥੇ ਚਲੀ ਜਾਂਦੇ ਮੇਰੇ ਨਾਲ ਮੂਰਤੀ ਵਿਸਰਜਨ ਕਰਨ ਜਾਂਦੇ ਹੋਣਗੇ ਕੋਈ ਅਤੇ ਇੱਧਰ ਮੰਮੀ ਅਤੇ ਭਾਬੀ ਪਸ਼ੂ ਬੰਨੀ ਜਾਂਦੀਆਂ ਆਹ ਦੱਸੋਗਾ ਡੀਜੇ ਕਿੱਥੇ ਚਲੀ ਜਾਂਦੇ ਆ ਜਿਹੜੀ ਮੂਰਤੀ ਵਿਸਰਜਨ ਨਹੀਂ ਕਰਕੇ ਆਉਂਦੇ ਉਹਦੇ ਵਾਲੇ ਆ ਅਤੇ ਮੰਮੀ ਆਹ ਤੁਰੇ ਫਿਰਦੇ ਹੁੰਦੇ 5-7 ਦਿਨ ਕੱਲ੍ਹ ਅਸੀਂ ਪਿੰਡ ਦੇਖਿਆ ਸੀ ਹਾਂ ਉੱਥੇ ਹੋਣਗੇ ਅੱਜ ਕਿਵੇਂ ਥੋੜ੍ਹੀ ਡਿਊਟੀ ਲੱਗ ਗਈ ਚਲੋ ਵਧੀਆ ਗੱਲ ਆ ਮੈਂ ਸਾਰਾ ਦੁਪਹਿਰਾ ਇਕੱਲੀ ਨੇ ਟੀਵੀ ਦੇਖਿਆ ਮੁੜ ਕੇ ਮੈਨੂੰ 3:30 ਵਜੇ ਮੈਂ ਕਿਹਾ ਹੁਣ ਤੱਕ ਉੱਠਦਾ ਹੀ ਨਹੀਂ ਮੈਂ ਇਕੱਲੀ ਫਿਰ ਸੌਂਗੀ ਮੇਰੀ ਗੱਲ ਸੁਣੋ ਸੌਣ ਕੀ ਸਾਰਾ ਦੁਪਹਿਰਾ ਕੋਈ ਉੱਠਿਆ ਹੀ ਨਹੀਂ ਬਾਹਰ ਨਿਕਲਿਆ ਹੀ ਨਹੀਂ ਤੂੰ ਇੱਧਰਲੇ ਕਮਰੇ ਬੈਠ ਰਹੇ ਮੈਂ ਇਕੱਲੀ ਸਾਰਾ ਬਲੌਗ ਬਲੂਗ ਦੇਖ ਕੇ ਗਾਣੇ ਗੁਣੇ ਸੁਣ ਕੇ ਕਦੇ ਕਿਸੇ ਦੀ ਪ੍ਰੀ ਵੈਡਿੰਗ ਲਾ ਲਈ ਦਵਿੰਦਰ ਨੂੰ ਮਸਾ ਠਾਇਆ ਮੈਂ ਕਾਹਤੋਂ ਇਹਦਾ ਭਾਬੀ ਦੀ ਆਦਤ ਭਾਬੀ ਐਂ ਕਰ ਦਿੰਦੀ ਆ
ਐ ਨੀ ਕਰਦੀ ਮੇਰੀ ਭਾਬੀ ਜਦੋਂ ਤੈਨੂੰ ਠਾ ਦਿੰਦੇ ਆ। ਮੇਰੀ ਆਵਾਜ਼ ਉੱਠਦੀ ਨੀ ਜਦੋਂ ਮੈਂ ਕਹਿੰਦੀ ਭਾਬੀ ਉੱਠੀ, ਮੈਂ ਭਾਬੀ ਨੂੰ ਗਲਤ ਟਾਈਮ ਦੱਸ ਦਿੰਦੀ ਹਾਂ। ਗੱਲ ਤਾਂ ਸੁਣ ਲਓ, ਭਾਬੀ ਭਾਬੀ ਛਿਪਕਲੀ ਛਿਪਕਲੀ ਛਾਬੀ ਆ ਦੇਖ ਪਿੱਛੇ ਤੇਰੇ ਡਿੱਗੀ ਆ ਨਾਲੀ ਜਿਹੜੀ ਡਿੱਗੀ ਕਰ ਲਈ ਆ ਮੰਮੀ ਮੰਮੀ ਤੈਨੂੰ ਆਈ ਫਿਰ ਕੀ ਡਿੱਗ ਪਈ ਮੰਮੀ ਦੇ ਪਿੱਛੇ ਡਿੱਗੀ ਹੁੰਦੀ ਫਿਰ ਭਾਬੀ ਜਦੋਂ ਸੌ ਜਾਏ ਭਾਬੀ ਨੂੰ ਕੁਛ ਨਹੀਂ ਪਤਾ ਲੱਗਦਾ ਫਿਰ ਤਾਂ ਭਲਾ ਜੀ ਘੜੇ ਕੁਛ ਮਰਜ਼ੀ ਮੁਦੀ ਆ ਕੁਛ ਚੱਕ ਕੇ ਲੈ ਜਾਏ ਕੋਈ ਕੁਛ ਮਰਜ਼ੀ ਹੋ ਜਾਏ ਫਿਰ ਨੀ ਪਤਾ। ਮੈਂ ਜੇ ਭਾਬੀ ਨੂੰ 3 ਵਜੇ ਤਾਂ 4 ਵਜੇ ਕਹਿਣੀ ਹੁੰਦੀ ਹਾਂ, ਜੇ 4 ਵਜੇ ਤਾਂ ਮੈਨੂੰ 5 ਵਜੇ ਕਹਿਣੀ ਹੁੰਦੀ ਹਾਂ। ਮੈਂ ਇਹਨੂੰ ਅੱਧਾ ਘੰਟਾ ਪਾਉਣਾ ਘੰਟਾ ਇਹਨੂੰ ਮੈਂ ਕਹਿਣੀ ਹੁੰਦੀ ਵੀ ਇੰਨਾ ਟਾਈਮ ਹੋ ਗਿਆ, ਤਾਂ ਹੀ ਉੱਠਦੀ ਨਹੀਂ ਮੇਰੇ ਕਹੇ ਤਾਂ ਸਪੈਸ਼ਲੀ ਨਹੀਂ ਉੱਠਦੀ ਹੈ ਨਾ, ਤਾਂ ਹੀ ਨਹੀਂ ਉੱਠਦੀ। ਨਹੀਂ ਨਹੀਂ ਮੇਰੇ ਕਹਿੰਦੇ ਭਾਬੀ ਐਂ ਤਾਂ ਕਰਦੀ ਨਹੀਂ ਦੇਖਦੇ ਹੈਨਾ ਬਈ ਬਾ ਇੰਨੇ ਕੁ ਪਸ਼ੂ ਰਹਿ ਗਏ ਆਪਣੇ, 2 ਤਾਂ ਉਹ ਛੋਟੇ ਰਹਿ ਗਏ, 1, 2, 3, 4 ਬਸ 5 ਤੇ 1 ਆਪਣੀ ਬੱਚੀ ਤੇ 1 ਆਪਣੀ ਕੱਟੀ। ਸਾਰਿਆਂ ਨੂੰ ਅਪਡੇਟ ਦਿੰਦੀ ਹਾਂ ਮੈਂ ਅੱਜ ਵੀ, ਆਪਣੇ ਸਿਰਫ ਇੰਨੇ ਕੁ ਪਸ਼ੂ ਰਹਿ ਗਏ, ਆਪਣੇ ਵਿਹਲੀਆਂ ਖੋਲੀਆਂ ਅਤੇ ਬੱਬੂ ਦੇ ਵਿਆਹ ਵੇਲੇ ਜਿਹੜੀਆਂ ਆਪਣੀਆਂ ਗਾਵਾਂ ਉਹ ਸੂਣ ਵਾਲੀਆਂ, ਫਿਰ ਉਹਨਾਂ ਦੇ ਬੱਚੇ ਬੱਚੀਆਂ ਆ ਜਾਣਗੀਆਂ, ਤਾਂ ਕਰਕੇ ਆਪਾਂ ਜਿਹੜੀਆਂ ਉਹ ਕਿੱਲੇ ਵਿਹਲੇ ਕੀਤੇ ਆ। ਅਤੇ ਨਹੀਂ ਆਪਣੇ ਉਹ ਵੀ ਭਰੇ ਹੁੰਦੇ ਸੀ ਨਾ ਸਾਰੇ, ਅਤੇ ਇੰਨਾ ਕਹਾ ਮੈਂ ਵਲੌਗ ਪਾਇਆ ਉਦੋਂ ਅਗਲੇ ਦਿਨ ਹੀ ਆਪਣੀਆਂ ਬੱਚੀਆਂ ਵੇਖ ਗਈਆਂ, ਉਦੋਂ ਅਗਲੇ ਦਿਨ ਫਿਰ ਅੰਕਲ ਆਏ ਸੀ ਉਹ ਭੱਜ ਗਏ, ਅੰਕਲ ਆਏ ਸੀ ਕਹਿੰਦੇ ਅਸੀਂ ਵੀਡੀਓ ਦੇਖ ਕੇ ਆਏ ਹਾਂ ਵੀ ਅਸੀਂ ਬੱਚੀਆਂ ਲੈ ਕੇ ਜਾਣੀਆਂ, ਅਤੇ ਫਿਰ ਉਦੋਂ ਤਾਂ ਵੇਖ ਹੀ ਗਈਆਂ ਸੀਗੀਆਂ ਆਪਣੀਆਂ ਬੱਚੀਆਂ। ਬਾਕੀ ਵੀਡੀਓ ਦਾ ਵੀ ਫਾਇਦਾ ਵੈਸੇ ਜਿਨ੍ਹਾਂ ਨੂੰ ਕੋਈ ਲੋੜ ਸੀਗੀ ਹੈ ਨਾ ਲੈ ਕੇ, ਅਤੇ ਕਿੰਨੇ ਦਿਨ ਹੋ ਗਏ ਸੀ ਡੈਡੀ ਨੂੰ ਕਹੀ ਜਾਂਦੇ ਨੂੰ ਮੈਨੂੰ ਵੀਡੀਓ ਪਾ ਦਿਓ ਵੀਡੀਓ ਪਾ ਦਿਓ, ਅਤੇ ਆਹ ਭੂਆ ਭਤੀਜੀ ਦੇਖ ਲਓ ਕਿੱਧਰ ਅਵਾਰਾ ਗਰਦੀ ਕਰਦੀਆਂ ਫਿਰਦੀਆਂ। ਕਿੱਥੋਂ ਆਗਾ ਤੁਸੀਂ ਹੈਂ, ਤੂੰ ਦੇਖਦਾ ਹੀ ਨਹੀਂ ਹੋਏ ਨੋਹਣਿਆ ਜਿਹਾ, ਤੂੰ ਅੱਜ ਫਾਕੀ ਪਾਈ ਫਿਰਦਾ ਕੀ ਆਮੀ ਕੀ ਕਿਹੜੇ ਟਪਾ ਦੀਆਂ ਕਿਹੜੇ ਲੱਡੂ ਹਾਏ ਬਾਈ ਭੂਆ ਕੇ ਅੰਗੀਠੀ ਬਹੁ ਦੇਖੀ ਸੀ, ਬਾਹਲੀ ਸੋਹਣੀ ਅੰਗੀਠੀ ਸੀਗੀ ਅੰਮੀ ਭੂਆ ਕੇ, ਭੂਆ ਦੀ ਪਰ ਸਾਡੇ ਪਾਥੀਆਂ ਹੀ ਹੈ ਨਹੀਂ, ਅਸੀਂ ਤਾਂ ਵਿਹਲੀਆਂ ਪਈਆਂ। ਉਹ ਭੂਆ ਕਹਿੰਦੀ ਨਾ ਸਾਡੇ ਪਾਥੀਆਂ ਨਾ ਸਾਡੇ ਲੱਡੂ ਜੇ ਆ ਕੁਛ ਵੀ ਹੈ ਨਹੀਂ, ਕਹਿੰਦੀ ਅਸੀਂ ਗਿੱਟੀਆਂ ਬਣਾਵਾਂਗੇ ਫਿਰ ਚਲਾਵਾਂਗੇ। ਪਿਆ ਦੋ ਫਿਰ ਸ਼ੀਸ਼ੀ ਕਾਂ ਜਿਹੜੂ ਨਹੀਂ ਇਹ ਆਏ ਜਗ੍ਹਾ ਜਾ ਕਹਿੰਦੀ ਨਹੀਂ ਤਾਂ ਜੋ ਤਾਂ ਨਾ ਵੀਰੇ ਸਤਿ ਸ਼੍ਰੀ ਅਕਾਲ ਭਾਬੀ ਹੈ ਕਹਿੰਦੀ ਹਜ਼ਾਰ ਲੈਣਾ ਤਾਂ ਨਹੀਂ ਬੋਲਦੀ ਉਹਦੇ ਵਾਲੇ ਵੀ ਚੱਲੀ ਜਾਂਦੇ ਬਾਬੂ ਮੂਰਤੀ ਵਿਸਰਜਣ ਵਾਲੇ ਲਿਆ ਮੈਨੂੰ ਫੜਾ ਦੇ ਤੂੰ ਨੇ ਸ਼ੀਸ਼ੀ ਬਣਾ ਲਿਆ ਫੜਾ ਦੇ ਮੇਰੀ ਗੁੱਦੋ ਨੂੰ ਫੜਾ ਦਿਓ ਜੀ ਫੜਾ ਦਿਓ ਮੇਰੀ ਗੁੱਦੂ ਨੂੰ ਪਾ ਦਿਓ ਜੀ ਇਹ ਤਾਂ ਸੁਣਦੀ ਨਹੀਂ ਫਿਰ
ਇਸ ਹਿਸਾਬ ਨਾਲ ਮੰਮੀ ਤੇ ਦਵਿੰਦਰ ਤੋਂ ਆਦਾ ਜੁੜਾ ਤਾਂ ਹੁੰਦਾ ਨੀ, ਕੱਟੀ ਦਾ ਕਰਦੀ ਆ, ਕਿੱਥੋਂ ਕੀਤਾ ਦੋਨੇ ਜਣੀਆਂ ਨਾ ਆਹੀ ਕੁਛ ਕਰਨ ਤੇ ਹੈ, ਵੇਖੀ ਕਾਸ਼ ਕੱਟੀ ਦੀ ਪੂਜ ਨੂੰ ਗੰਢ ਦੇਤੀ ਗੇੜ ਚ ਤਾਜ ਤੈਨੂੰ ਚੱਕ ਕੇ ਗੇੜਾ ਛੇੜਾ ਲਾਉਣ, ਡੈਡੀ ਵਰਗੇ ਤਾਂ ਹੋ ਫਿਰਦੇ ਆ ਖੇਤ, ਇਹ ਜੇ ਤੁਹਾਨੂੰ ਦਿਸਦੇ ਹੁਣ ਹੋ ਸੀਗੇ ਤੇ ਉਹ ਤਾਂ ਉਹ ਬੀਜੀ ਜਾਂਦੇ ਆ ਮੇਥੇ ਪਾਲਕ ਧਨੀਆਂ ਸਾਰੀਆਂ ਸਬਜ਼ੀਆਂ ਲਾਵਾਂਗੇ ਨਾ ਤਾਜੂ, ਆਪਾਂ ਸਾਰੀਆਂ ਸਬਜ਼ੀਆਂ ਲਾ ਲਾਂਗੇ ਪੁੱਤੂ, ਆਪਣੀਆਂ ਮੂਲੀਆਂ ਵੀ ਸਾਰੀਆਂ ਉੱਗ ਰਹੀਆਂ ਹਨਾ, ਹੁਣ ਤੂੰ ਸੈਰ ਕਰਨ ਨਹੀਂ ਜਾਂਦਾ, ਕਿਸੇ ਨਾਲ ਨਹੀਂ ਜਾਂਦਾ ਸੈਰ ਕਰਨ, ਪੁੱਤੂ ਜਾਇਆ ਕਰ ਸੈਰ ਕਰਨ, ਅਮਰਿੰਦਰ ਬੋਤਲ ਬਣਾਉਣ ਗਈ ਆ ਤੇ ਪਤਾ ਨਹੀਂ ਆ ਪੀ ਕਿੱਥੇ ਵੱਜੀ ਜਾਂਦੀ ਆ, ਆ ਸਾਰਿਆਂ ਨੂੰ ਵਲੋਗ 'ਚ ਵੀ ਸੁਣੀ ਜਾਂਦਾ ਹੋਣਾ, ਪਤਾ ਨਹੀਂ ਪੈਟਰੋਲ ਪੰਪ 'ਤੇ ਕੋਈ ਚੀਜ਼ ਆ ਉੱਥੇ ਸੁਣੀ ਜਾਂਦੀ ਆ, ਅਮਰਿੰਦਰ ਮੈਨੂੰ ਕਹਿੰਦੀ ਤੂੰ ਇਹਨੂੰ ਚੱਕ ਕੇ ਲੈ ਜਾ, ਕਹਿੰਦੀ ਮੈਂ ਉਹਨਾਂ ਦੀ ਬੋਤਲ ਬਣਾ ਲੈਂਦੀ, ਮੈਂ ਕਿਹਾ ਚੱਲ ਠੀਕ ਆ, ਮੈਂ ਕਿਹਾ ਮੈਂ ਇਹਨੂੰ ਪਈ ਤੇ ਗੇੜਾ ਦਵਾ ਲੈਂਦੀ ਹਾਂ ਉਹਨੂੰ, ਇੱਕ ਜਿੱਧਰ ਜਿੱਧਰ ਫੋਨ ਕੋਗੇ ਤਾਂ ਉੱਧਰ ਉੱਧਰ ਤਾਜ ਪਤਨ ਦੇਖਦੀ ਆ, ਹੈਨਾ ਦਾਜੂ ਫੋਨ ਦੇ ਦਾਜੂ ਪੁੱਤੂ, ਅਰੇ ਹਾਏ ਹਾਏ ਬਈ ਬਾਲਾ ਸ਼ਰੀਫ ਜਵਾਕ ਆ ਸਾਡਾ, ਬਾਲਾ ਸ਼ਰੀਫ ਜਵਾਕ ਆ, ਸਾਰੇ ਰਿਸ਼ਤੇਦਾਰੀਆਂ 'ਚ ਜਿਹਨਾਂ ਦੇ ਘਰ ਲੈ ਕੇ ਜਾਂਦੇ ਹਾਂ ਕਹਿੰਦੇ ਇੰਨਾ ਬੱਚਾ ਸਿਆਣਾ ਤੁਹਾਡਾ, ਹੈ ਦਾਜੂ ਪੁੱਤ ਨਾ ਇੱਧਰ ਜਾ ਕਰ, ਓਏ ਐਂ ਦੱਸ ਦੇ ਕਿ ਬਾਲਾ ਸਿਆਣਾ ਬੱਚਾ ਨਾ ਤੂੰ, ਬਾਲਾ ਸਿਆਣਾ ਬੱਚਾ ਨਾ ਤੂੰ, ਬਾਲਾ ਹੀ ਸਿਆਣਾ ਬੱਚਾ ਬਈ ਸਾਡਾ ਤਾਂ, ਅਤੇ ਹੁਣ ਆਪਾਂ ਚੱਲਦੇ ਅੰਦਰ, ਬੱਬੂ ਨੇ ਸ਼ੀਸ਼ੀ ਬਣਾ ਲਈ ਹੋਣੀ ਆ ਅਤੇ ਜਾ ਕੇ ਸ਼ੀਸ਼ੀ ਪਿਆ ਅੱਗੇ, ਸਾਰਾ ਦਿਨ ਆਹੀ ਨਿਕਲ ਜਾਂਦਾ ਕੋਈ ਕੰਮ ਨਹੀਂ ਕੋਈ ਕਾਰ ਨਹੀਂ, ਵਿਹਲੇ ਉਹ ਆ ਗਈ ਆਵਾਜ਼, ਲਓ ਜੀ ਸ਼ੀਸ਼ੀ ਪਿਆ ਦਿੰਦੇ ਹਾਂ ਜੀ, ਸ਼ੀਸ਼ੀ ਪਿਆ ਦਿੰਦੇ ਹਾਂ ਨਹੀਂ ਮੇਰੇ ਕਾਕੇ ਜੀ ਨੂੰ, ਗੁੱਗੂ ਜੀ ਨੂੰ ਪਿਆ ਦਿੰਦੇ ਹਾਂ ਇੱਕ ਸ਼ੀਸ਼ੀ, ਲਓ ਬਈ ਚੱਲੀਏ ਅੰਦਰ ਅਤੇ ਪਿਆ ਕੇ ਸ਼ੀਸ਼ੀ, ਲਓ ਬਈ ਟਾਈਮ ਹੋ ਗਿਆ 7:11 ਅਤੇ ਜਦੋਂ ਮੈਂ ਰਸੋਈ 'ਚ ਆਈ ਤਾਂ ਮੈਨੂੰ ਪਤਾ ਲੱਗਿਆ ਵੀ ਜਿਹੜਾ ਅੱਜ ਆਪਣੇ ਤੁਹਾਨੂੰ ਪਤਾ ਮੱਝ ਸੂਈ ਸੀਗੀ ਹਨਾ, ਅਤੇ ਹਜੇ ਆਪਾਂ ਦੁੱਧ ਵਰਤਨ ਨਹੀਂ ਸੀ ਲੱਗੇ ਅਤੇ ਆਪਾਂ ਪਹਿਲਾਂ ਬੋਲੀ ਬਣਾਉਂਦੇ ਹੁੰਦੇ ਸੀ ਅਤੇ ਹੁਣ ਡੈਡੀ ਵਰਗੇ ਕਹਿੰਦੇ ਵੀ ਪਨੀਰ ਖਾਣਾ, ਕੱਲ੍ਹ ਨੂੰ ਬਣਾਵਾਂਗੇ ਆਪਾਂ ਚੀਜ਼ ਚਿੱਲੀ ਅਤੇ ਆਂਟੀ ਬਣਾਈ ਜੀ ਪਨੀਰ ਅਤੇ ਭਾਬੀ ਬੇਟੀ ਪੂਣਾ ਚੱਕੀ ਅਤੇ ਮੈਂ ਤੁਹਾਨੂੰ ਦਿਖਾਉਣੀ ਆ ਕੀ ਪਾਇਆ ਸੀ ਆਂਟੀ ਇਹ 'ਚ, ਨਿੰਬੂ ਤਾਂ ਮਾੜਾ ਜਿਹਾ ਸੀਗਾ ਫਟਿਆ ਨਹੀਂ ਸੀ ਇੰਨਾ ਪੂਰਾ, ਅੱਛਾ ਚੱਲ ਵਧੀਆ ਹੋ ਗਿਆ ਤੇ ਹੁਣ ਇਹ ਬਸ ਕੀ ਕਰੋਗੇ ਪਾਣੀ ਕੱਢ ਦੋਗੇ ਇਹਦਾ, ਹਾਂ ਬਾਈ ਜਿਹਨਾਂ ਨੇ ਕਿਤੇ ਪਨੀਰ ਬਣਾਉਣਾ, ਵੈਸੇ ਅਸੀਂ ਜਦੋਂ ਚੀਜ਼ ਚਿੱਲੀ ਬਣਾਉਣੀ ਹੁੰਦੀ ਨਾ ਬਹੁਤ ਰੇਅਰ ਚਾਂਸ ਆ ਵੀ ਅਸੀਂ ਬਾਹਰੋਂ ਲਿਆ ਕੇ ਬਣਾ ਕੇ, ਅਸੀਂ ਨਾ ਇੱਕ ਵਾਰੀ ਬਾਹਰੋਂ ਲਿਆ ਕੇ ਬਣਾਏ ਸੀ ਆਂਟੀ ਅਤੇ ਰਬੜ ਨੂੰ ਵੱਧਦਾ ਸੀ ਨਾ ਪਨੀਰ, ਮਤਲਬ ਜਿਵੇਂ ਚੀਜ਼ ਚਿੱਲੀ ਥੋੜ੍ਹੀ ਜਿਹੀ ਬਚ ਗਈ ਅਤੇ ਅਸੀਂ ਅਗਲੇ ਦਿਨ ਜਦੋਂ ਗਰਮ ਕਰਨ ਲੱਗੀ ਨਾ ਤਾਂ ਹੋਰ ਹੀ ਵਧੇ, ਤਾਂ ਕਰਕੇ ਅਸੀਂ ਪ੍ਰੈਫਰ ਕਰਦੇ ਨੇ ਵੀ ਜਦੋਂ ਵੀ ਇਸ ਚੀਜ਼ ਚਿੱਲੀ ਬਣਾ ਕੇ, ਵੈਸੇ ਅਸੀਂ ਪਨੀਰ ਮੋਸਟ ਆਫ ਦਾ ਟਾਈਮ ਘਰੇ ਹੀ ਬਣਾਉਣੇ ਆ ਅਤੇ ਹੁਣ ਇਹ ਪਿਓਰ ਆ ਅਤੇ ਇਹ ਭਲਾ ਨਹੀਂ ਕੈਮੀਕਲ ਕੋਈ ਨਹੀਂ, ਥੋੜ੍ਹਾ ਬਹੁਤ ਭੁਰਜੇ ਨਾ ਤਾਂ ਚੱਕਰ ਕੋਈ ਨਹੀਂ ਪੈਂਦਾ, ਅਤੇ ਪਰ ਐਂ ਵੀ ਫਿਰ ਉਹ ਜਿਹੜਾ ਬੇਕਾਰ ਜਿਹਾ ਹੁੰਦਾ ਹੈ ਨਾ ਉਹ ਰਬੜ ਨੂੰ ਵਧੀ ਜਾਂਦਾ, ਹਾਂ ਦਹੀਂ ਵੀ ਪੈ ਜਾਂਦੀ ਹੈ ਲੱਸੀ ਵੀ ਪੈ ਜਾਂਦੀ ਹੈ ਜੇ ਕਿਸੇ ਨੇ ਬਣਾਉਣਾ ਹੋਵੇ ਤਾਂ, ਆਸੀ ਬਣ ਗਿਆ ਥੋੜਾ
ਲੋ ਬਈ ਹੁਣ ਦੂਸਰਾ ਭਾਬੀ ਪਲਟਾ ਦੂਗੀ ਵਿੱਚ ਸਾਰਾ ਤੇ ਮੈਂ ਤੁਹਾਨੂੰ ਦਿਖਾਉਣੀ ਉਹਨਾਂ ਨੂੰ ਇੱਕ ਵਾਰੀ ਪਾਣੀ ਕੱਢ ਲੈਣ ਦਿਓ ਤੇ ਇੱਕ ਪਾਸੇ ਆਪਣੀ ਬਣੀ ਆਲੂਆਂ ਦੀ ਸਬਜ਼ੀ ਜਿਹੜੀ ਕਿ ਫੇਵਰੇਟ ਆ ਮੇਰੀ ਇਹ ਦੂਸਰਾ ਛੋਲੇ ਪਨੀਰ ਦੀ ਸਬਜ਼ੀ ਬਣੀ ਸੀ ਪਨੀਰ ਮੈਂ ਖਾਣਾ ਨਹੀਂ ਮੇਰਾ ਬਣਦਾ ਤਾਂ ਕਰਕੇ ਆਪਾਂ ਆਲੂਆਂ ਸੁੱਕੇ ਆਲੂਆਂ ਦੀ ਸਬਜ਼ੀ ਬਣਾਉਂਦੇ ਹਾਂ ਬਿਨਾਂ ਪਿਆਜ਼ ਤੋਂ ਕਾਸੇ ਮਰਜ਼ੀ ਤੋਂ ਸਿਰਫ ਆਪਾਂ ਲੂਣ ਮਿਰਚ ਤੇ ਹਲਦੀ ਪਾ ਕੇ ਜੀਰੇ ਦਾ ਤੜਕਾ ਭੁੰਨ ਕੇ ਤੇ ਉਹ ਬਣਾਉਣੇ ਲਓ ਵੀ ਦੇਖੋ ਆਹ ਪਾਣੀ ਨਿਕਲ ਗਿਆ ਥੱਲੇ ਦਾ ਤੇ ਆਹ ਪਨੀਰ ਵੀ ਰਹਿ ਗਿਆ ਹੁਣ ਆਂਟੀ ਨੇ ਕਰਨਾ ਇਹ 'ਚ ਠੰਡਾ ਪਾਣੀ ਪਾ ਕੇ ਬਣਾ ਲੈਣਾ ਜੀ ਸਾਰੀ ਕੱਢ ਦਾਂਗੇ ਕਹਿੰਦੇ ਆ ਖਟਿਆਈ ਜੀ ਕੱਢ ਦਾਂਗੇ ਤੇ ਮਾੜਾ ਮੋਟਾ ਵੀ ਭਾਬੀ ਰਹਿਣ ਦੇ ਚੱਕੀ ਹੋ ਗਈ ਫਟੇ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਰਨੀ ਸੀਗੀ ਪਰਸੋਂ ਜੋ ਉੱਥੇ ਪਤਾ ਕੀ ਹੋਇਆ ਸੀ ਨਾ ਆਪਣੀ ਆਦਤ ਨਹੀਂ ਹੁੰਦੀ ਵੀ ਜਦੋਂ ਆਪਾਂ ਟੀ ਵੀ ਲਈ ਬੈਠੇ ਹੁੰਦੇ ਕੁਛ ਨਾ ਕੁਛ ਚਲਾ ਲੈਂਦੇ ਹੁੰਦੇ ਹੈ ਨਾ ਅਤੇ ਅਸੀਂ ਉੱਧਰ ਨਾ ਉਹ ਵਾਲੀ ਪ੍ਰੀ ਵੈਡਿੰਗ ਦੇਖਣ ਲੱਗ ਗਈਆਂ ਮੈਂ ਉਹਨਾਂ ਦਿਨੋਂ ਆਖਾਂ ਕਿਹੜਾ ਗਾਣਾ ਬਣਵਾਵਾਂਗੇ ਆਪਾਂ ਐਂ ਕਰਾਂਗੇ ਬੁਲਾਣਾ ਕਰਾਂਗੇ ਅਸੀਂ ਉਹ ਕੱਢ ਕੇ ਦੇਖਣ ਲੱਗ ਗਾ ਉਹ ਵਾਲਾ ਗਾਣਾ ਕੀ ਹੁੰਦੇ ਉਹਨੂੰ ਧੀਆਂ ਵਾਲਾ ਗਾਣਾ ਉਹ ਧੀਆਂ ਸਿਰ ਦਾ ਤਾਜ ਨਹੀਂ ਹੁੰਦੀ ਪਤਾ ਨਹੀਂ ਐਵੇਂ ਜਿਹਾ ਕੁਛ ਸੀਗਾ ਅਤੇ ਡੈਡੀ ਜਦੋਂ ਸੁਣ ਕੇ ਜਾਵੜੇ ਵੀ ਡੈਡੀ ਦਾ ਇੰਨਾ ਰੋਏ ਸਾਰਿਆਂ ਨੂੰ ਰਵਾਇਆ ਡੈਡੀ ਨੇ ਡੈਡੀ ਕਹਿੰਦੇ ਵੀ ਬੱਬੂ ਨੇ ਆਪਾਂ ਛੱਡ ਕੇ ਜਾਵਣ ਨਾ ਇਹ ਉਹ ਜਦੋਂ ਡੈਡੀ ਐਂ ਜੇ ਕਹਿਣ ਲੱਗ ਗਏ ਸਾਰੇ ਜਣੇ ਇਮੋਸ਼ਨਲ ਹੋ ਗਏ ਅਸੀਂ ਕਿਹਾ ਅਜੇ ਤਾਂ 2 ਮਹੀਨੇ ਪਏ ਵੀ ਆਪਾਂ ਰੋਣਾ ਬਚਾ ਕੇ ਰੱਖ ਗਏ ਕਿਆ ਚੱਕਰ ਹੋ ਗਿਆ ਆਹ ਬੈਟਰੀ ਦੀ ਨਾ ਤੁਹਾਨੂੰ ਜਿੰਨੀ ਵੀ ਮਸ਼ਹੂਰੀ ਦੇਣਾ ਅਸੀਂ ਕਰਤੀ ਕਹਿੰਦੇ ਇਹਦੇ ਨਾਲ ਕੁਛ ਭੰਨਿਆ ਜਾਂਦਾ ਇਹਦੇ ਨਾਲ ਕਟਰ ਹੈ ਡੈਡੀ ਨੇ ਇੱਕ ਪਹਿਲਾਂ ਵੀ ਕਹੀ ਸੀਗੀ ਡੈਡੀ ਨੇ ਇੱਕ ਗੱਲ ਵੀ ਮੈਨੂੰ ਉਹ ਮੰਗਾ ਕੇ ਨਹੀਂ ਪਤਾ ਨਹੀਂ ਕੀ ਚੀਜ਼ ਸੀ ਉਹ ਮੈਂ ਮੰਗਾਈ ਨਹੀਂ ਐਤਕੀ ਮੈਂ ਕਿਹਾ ਚਲ ਬੈਟਰੀ ਦਾ ਮੰਗਾ ਹੀ ਦਿੰਦੀ ਡੈਡੀ ਹਰੇਕ ਵਾਰੀ ਕਹਿੰਦੇ ਆ ਹਾਂ 700 ਰੁਪਈਏ ਦਾ ਤਾਂ ਵਰਥ ਨਹੀਂ 700 ਰੁਪਈਏ ਤਾਂ ਉਹੀ ਆ ਬਿਨਾਂ ਗੱਲ ਤੋਂ ਵੀ ਐਡਸ ਵਾਲੀਆਂ ਚੀਜ਼ਾਂ ਮੰਗਾਉਣੀਆਂ ਨਹੀਂ ਚਾਹੀਦੀਆਂ ਕੁੱਲ ਮਿਲਾ ਕੇ ਇਹ ਗੱਲ ਆ ਵੀ ਐਡ ਦੇਖ ਕੇ ਬੰਦਾ ਜਦੋਂ ਕੋਈ ਚੀਜ਼ ਮੰਗਾ ਲੈਂਦਾ ਕੋਈ ਉਹਦੇ 'ਚੋਂ 20% ਚੀਜ਼ਾਂ ਜਿਹੜੀਆਂ ਸਹੀ ਨਿਕਲਦੀਆਂ 80% ਤਾਂ ਬੇਕਾਰ ਹੀ ਨਿਕਲਦਾ ਅਤੇ ਆਪਾਂ ਫਿਰ ਉਹੀ ਗੱਲ 'ਤੇ ਆ ਗਏ ਮੈਂ ਕਿਹਾ ਸਾਰਿਆਂ ਨੂੰ ਡੈਡੀ ਨੇ ਕਰਤਾ ਸੀ ਇਮੋਸ਼ਨਲ ਅਤੇ ਡੈਡੀ ਕਹਿਣ ਲੱਗੇ ਕਹਿੰਦੇ ਅਮਰਿੰਦਰ ਨੇ ਜਾ ਵੜਨਾ ਹੁਣ ਹੈ ਨਾ ਕਹਿੰਦੇ ਫਿਰ ਤਾਂ ਆਪਾਂ ਇਕੱਲੇ ਜੇ ਰਹਿ ਜਾਂਗੇ ਮੈਂ ਕਿਹਾ ਇਕੱਲੇ ਤਾਂ ਚੱਲ ਕੋਈ ਨਹੀਂ ਉਹ ਤਾਂ ਹੁਣ ਅਮਰਿੰਦਰ ਦੇ ਜਾਣੇ ਆ ਵੈਸੇ ਊਂ ਮੈਨੂੰ ਐਂ ਲੱਗ ਰਿਹਾ ਵੀ ਜਿੱਦਣ ਅਮਰਿੰਦਰ ਦੀ ਡੋਲੀ ਦੂਰੀ ਸਭ ਤੋਂ ਵੱਧ ਡੈਡੀ ਨਹੀਂ ਰੋਣਾ ਅਤੇ ਬਾਕੀ ਦੇਖੋ ਤੁਹਾਨੂੰ ਵਲੋਗਾਂ 'ਚ ਪਤਾ ਲੱਗ ਗਿਆ ਵੀ ਕਿਹੜਾ ਵੱਧ ਰੋਂਦਾ ਅਮਰਿੰਦਰ ਯਾਦ ਕਰਕੇ ਅਮਰਿੰਦਰ ਕਿੰਨਾ ਕੁ ਰੋਂਦੀ ਹੈ ਮੰਮੀ ਕਹਿੰਦੀ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਜਮ੍ਹਾਂ ਨਹੀਂ ਰੋਂਦੀਆਂ ਕਹਿੰਦੀਆਂ ਮੇਕਅਪ ਖਰਾਬ ਹੁੰਦਾ ਅਤੇ ਹੱਸਣ ਲੱਗ ਗਿਆ ਸੀ ਘਰ ਵੀ ਜਿਵੇਂ ਆਪਾਂ ਗੱਲਾਂ 'ਚ ਲਈ ਜਾਂਦੀਆਂ ਹੁਣ ਵਿਆਹ ਨੂੰ ਲੈ ਕੇ ਅਤੇ ਅਮਰਿੰਦਰ ਕਹਿੰਦੀ ਦੇਖੀ ਜਾਓਗੇ ਤਾਂ ਇਹਦੇ ਟਾਈਮ 'ਤੇ ਪਤਾ ਲੱਗਦਾ ਵੀ ਕੌਣ ਰੋਂਦਾ ਕੌਣ ਨਹੀਂ ਰੋਂਦਾ ਮੰਮੀ ਇਹਦੀ ਕੁੜੀ ਮੈਂ ਤਾਂ ਪਹਿਲਾਂ ਹੀ ਰੋਣ ਲੱਗ ਜੂੰਗੀ ਮੈਂ ਕਿਹਾ ਪਹਿਲਾਂ ਕਿਸੇ ਨੂੰ ਰੋਣਾ ਹੁੰਦਾ ਜਦੋਂ ਬੰਦਾ ਤੁਰ ਲੱਗਦਾ ਨਾ ਉਦੋਂ ਹੀ ਰੋਣ ਆਉਂਦਾ ਹੈ ਨਾ ਚਲੋ ਚੱਲਦਾ ਹੀ ਰਹਿੰਦਾ ਹੈ ਨਾ ਇਹ ਤਾਂ ਰੀਤ ਬਣੀ ਆਈ ਆ ਵੀ ਕੁੜੀਆਂ ਨੇ ਇੱਕ ਦਿਨ ਜਾਣਾ ਹੀ ਆ ਮੈਂ ਆਂਟੀ ਮੈਂ ਗੱਲਾਂ ਦੱਸਣ ਲੱਗ ਗਈ ਮੈਂ ਕਿਹਾ ਜਿੱਦਣ ਡੈਡੀ ਨੇ ਉਹ ਗਾਣਾ ਸੁਣਿਆ ਜੀ ਮੈਂ ਕਿਹਾ ਡੈਡੀ ਨੇ ਸਾਰਿਆਂ ਨੂੰ ਰਵਾ ਦਿੱਤਾ ਸੀ ਉਦੋਂ ਆਂਟੀ ਕਹਿੰਦੀ ਮੇਰਾ ਤਾਂ ਆਪ ਭੈਣੇ ਦਾ ਹੋ ਗਿਆ ਹੈ ਨਾ ਗਾਣਾ ਸੁਣ ਕੇ ਆਂਟੀ ਨੇ ਤਾਂ ਸੁਣਿਆ ਹੀ ਨਹੀਂ ਆਂਟੀ ਤਾਂ ਵਹਿੰਦੀ ਨਹੀਂ ਆਂਟੀ ਨੂੰ ਤਾਂ ਪਹਿਲੇ ਹੀ ਚੱਕਰ ਪੈ ਜਾਂਦਾ ਭਾਬੀ ਨੂੰ ਤਾਂ ਪ੍ਰੋਗਰਾਮ ਹੀ ਮਗਰੋਂ ਪਤਾ ਲੱਗਿਆ ਨਾ ਭਾਬੀ ਨੇ ਗਾਣਾ ਸੁਣਿਆ ਨਾ ਭਾਬੀ ਨੂੰ ਕੋਈ ਸਿਚੁਏਸ਼ਨ ਪਤਾ ਲੱਗੀ ਹਾਂ ਤੇ ਆਹ ਦੇਖੋ ਹੁਣ ਇੱਥੇ ਆਂਟੀ ਨੇ ਢੱਕਤਾ ਸਾਰਾ ਮੈਨੂੰ ਜਦੋਂ ਬਾਹਰ ਗਈ ਤੇਰੇ ਡੈਡੀ ਰੋਈ ਜਾਂਦਾ ਸੀ ਮੇਰੇ ਆਪ ਹੀ ਡਿੱਗਣ ਲੱਗ ਗਈਆਂ ਹਾਂ ਮੈਂ ਕਿਹਾ ਸਾਰਿਆਂ ਨੇ ਇਮੋਸ਼ਨਲ ਕਰਤਾ ਡੈਡੀ ਨੇ ਉਧਰੋਂ ਅਮਰਿੰਦਰ ਰੋਈ ਜਾਵੇ ਬੈਠੀ ਤੇ ਮੰਮੀ ਤਾਂ ਕਹਿੰਦੀ ਜਦੋਂ
ਤੇ ਮੰਮੀ ਨੇ ਕਿਹਾ ਵੀ ਜਾ ਬੁਲਾ ਰਿਹਾ ਤੇ ਡੈਡੀ ਨੂੰ ਅੰਦਰ ਤੇ ਜਦੋਂ ਬੁਲਾਉਣ ਗਈ ਤੇ ਉਹਨੇ ਫੜ ਕੇ ਬੁੱਕਲ ਚ ਲੈ ਲਈ ਉਦੋਂ ਵੀ ਜ਼ਿਆਦਾ ਲੱਗਣ ਲੱਗ ਗਏ ਸਾਰੇ ਜਣੇ ਮੈਂ ਕਹਿੰਦੀ ਮੇਰੇ ਡੈਡੀ ਨੇ ਇਮੋਸ਼ਨਲ ਕਰਤੇ ਚਲੋ ਕੋਈ ਨੀ ਇਹ ਤਾਂ ਚੱਲਦਾ ਹੀ ਰਹਿੰਦਾ ਹਨਾ ਤੇ ਹੁਣ ਹੋ ਗਏ 7:15 ਤੇ ਫਿਰ ਅੱਜ ਦੇ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਹਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਵੀਂ ਨਵੀਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਨੂੰ ਕਰ ਲਓ ਪ੍ਰੈਸ ਚੰਦਨ ਬਾਏ ਟੇਕ ਕੇਅਰ ਗੁੱਡ ਨਾਈਟ ਗੁੱਡ